सत श्री वेलकम बैक ऑन माई चैनल सीमन स्टडीज़ एंड आई एम सीमन सो गाइज़ अज अं डिस्कस करा एडवांटेजेस ऑफ ई कमर्स बहुत ही इंपॉर्टेंट टॉपिक है मोस्टली एग्जाम क्वेश्चन आ जाए एडव वट आर द एडवांटेजेस ऑफ ई कमर्स वट इज एन ई कमर्स ਐਂਡ ਈ-ਕਾਮਰਸ ਮਾਡਲਸ ਇਨਾਂ ਟੌਪਿਕਸ ਤੇ ਮੈਂ ਆਲਰੇਡੀ ਵੀਡੀਓ ਬਣਾ ਚੁੱਕੀ ਹਾਂ ਉਹਨਾਂ ਵੀਡੀਓਜ਼ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਵੀਡੀਓ ਵੇਖ ਸਕਦੇ ਹੋ ਐਂਡ ਮੇਰੇ ਇੰਸਟਾਗ੍ਰam ਅਕਾਊਂਟ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜੀ ਹਾਂਜੀ ਅਸੀਂ ਦੀ ਵੀਡੀਓ ਸਟਾਰਟ ਕਰਦੇ ਹਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੀ ਤੁਹਾਡਾ ਟੌਪਿਕ ਬਿਲਕੁਲ ਕਲੀਅਰ ਹੋ ਜਾਏਗਾ ਬਿਲਕੁਲ ਵੀ ਸਕਿਪ ਨਾ ਕਰਿਓ ਫਰਸਟ ਵਨ ਐਡਵਾਂਟੇਜਸ ਆਫ ਈ-ਕਾਮਰਸ ਫਾਰ ਵਾਇਰਸ they have the convenience of shopping at home ਵਾਇਰ ਕੀ ਹੁੰਦਾ ਹੈ ਜਿਹਨੇ ਕੁਛ ਨਾ ਕੁਛ ਪਰਚੇਸ ਕਰਨਾ ਹੁੰਦਾ ਹੈ ਕੋਈ ਪਰਸਨ ਹੈ ਜਿਹੜਾ ਆਨਲਾਈਨ ਕੁਛ ਪਰਚੇਸ ਕਰਨਾ ਚਾਹੁੰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਨੇ ਵਾਇਰ ਸੋ ਫਸਟ ਐਡਵਾਂਟੇਜ ਕੀ ਹੈ ਉਹਦੇ ਕੋਲ ਕੀ ਹੁੰਦਾ ਹੈ ਕਨਵੀਨੀਅੰਸ ਆਫ ਸ਼ਾਪਿੰਗ ਐਟ ਹੋਮ ਮਤਲਬ ਸਪੋਜ਼ ਕਰੋ ਆਪਾਂ ਕੋਈ ਵੀ ਚੀਜ਼ ਖਰੀਦਣੀ ਹੈ ਆਨਲਾਈਨ ਪਰਚੇਸ ਕਰਨੀ ਹੈ ਆਪਾਂ ਘਰ ਬੈਠੇ ਹੀ ਸ਼ਾਪਿੰਗ ਕਰ ਸਕਦੇ ਹਾਂ ਸ਼ਾਪਿੰਗ ਐਟ ਹੋਮ they can compare the price of items easily e-commerce ਦੇ ਵਿੱਚ ਕੀ ਹੁੰਦਾ ਹੈ ਅਗਰ ਆਪਾਂ ਕੋਈ ਵੀ ਆਈਟਮ ਆਨਲਾਈਨ ਪਰਚੇਸ ਕਰਦੇ ਹਾਂ ਤਾਂ ਉਹ ਆਈਟਮ ਦੀ ਲਿਸਟ ਆਪਾਂ ਨੂੰ ਸ਼ੋ ਹੋ ਜਾਂਦੀ ਹੈ ਲਿਸਟ ਦੇ ਨਾਲ-ਨਾਲ ਕੀ ਹੁੰਦਾ ਹੈ ਜਦੋਂ ਆਪਾਂ ਨੂੰ ਆਈਟਮਸ ডিসਪਲੇ ਹੁੰਦੀਆਂ ਉਹਦੇ ਨਾਲ ਉਹਨਾਂ ਦਾ ਪ੍ਰਾਈਸ ਵੀ ਸ਼ੋ ਹੁੰਦਾ ਹੈ ਤਾਂ ਆਪਾਂ ਹਰ ਇੱਕ ਆਈਟਮ ਦਾ ਜਿਹੜਾ ਪ੍ਰਾਈਸ ਹੈ ਉਹਨੂੰ इजीली ਕੰਪੇਅਰ ਕਰ ਸਕਦੇ ਹਾਂ they can read reviews about the product from other users ਹੋਰ ਯੂਜ਼ਰਸ ਜਿਹੜੇ ਜਿਹੜੇ ਓਨ ਉਹੀ ਪ੍ਰੋਡਕਟ ਸੇਮ ਪ੍ਰੋਡਕਟ ਜਿਨ੍ਹਾਂ ਨੇ ਬਾਏ ਕੀਤਾ ਹੁੰਦਾ ਹੈ ਉਹ ਕੀ ਕਰਦੇ ਨੇ ਫਿਰ ਬਾਏ ਕਰਨ ਤੋਂ ਬਾਅਦ ਆਪਣੇ ਰਿਵਿਊ ਦਿੰਦੇ ਆ ਕਿ ਪ੍ਰੋਡਕਟ ਸਾਨੂੰ ਕਿੱਦਾਂ ਦਾ ਲੱਗਿਆ ਤਾਂ ਕੋਈ ਵੀ ਪਰਸਨ ਅਗਰ ਕੀ ਕਰਦਾ ਹੈ ਸੇਮ ਪ੍ਰੋਡਕਟ ਪਰਚੇਸ ਕਰਦਾ ਹੈ ਵਿਜ਼ਿਟ ਕਰਦਾ ਹੈ ਸਾਈਟ ਤੇ ਤਾਂ ਉਹ ਕੀ ਕਰੇਗਾ ਆਈਟਮ ਦੇ ਨਾਲ ਰਿਲੇਟਡ ਜਿਹੜੇ ਵੀ ਰਿਵਿਊ ਨੇ ਪ੍ਰੋਡਕਟ ਦੇ ਨਾਲ ਰਿਲੇਟਡ ਉਹ ਰੀਡ ਕਰ ਸਕਦਾ ਹੈ ਈਜ਼ਲੀ ਡੋਰ ਸਟੈਪ ਡਿਲੀਵਰੀ ਆਫ ਦਾ ਡਿਜ਼ਾਇਰਡ ਗੁੱਡਸ ਐਂਡ ਸਰਵਿਸਿਜ਼ ਇਜ਼ ਥੇਰ ਅੱਜਕੱਲ ਕੀ ਹੈ ਅਗਰ ਆਪਾਂ ਕੋਈ ਵੀ ਪ੍ਰੋਡਕਟ ਆਨਲਾਈਨ ਪਰਚੇਸ ਕਰਦੇ ਹਾਂ ਤਾਂ ਉਹਦੇ ਆਪਾਂ ਨੂੰ ਕੀ ਮਿਲਦੀ ਹੈ ਹੋਮ ਡਿਲੀਵਰੀ ਮਿਲਦੀ ਹੈ ਡੋਅ ਸਟੈਪ ਡਿਲੀਵਰੀ ਕੀ ਹੈਗਾ ਅਗਰ ਆਪਾਂ ਕੋਈ ਪ੍ਰੋਡਕਟ ਆਨਲਾਈਨ ਪਰਚੇਸ ਕਰਦੇ ਹਾਂ ਤਾਂ ਆਪਾਂ ਨੂੰ ਘਰ ਡਿਲੀਵਰ ਕਰਕੇ ਜਾਂਦੇ ਹਾਂ ਨੈਕਸਟ ਹੈ ਐਡਵਾਂਟੇਜਸ ਆਫ ਈ-ਕਾਮਰਸ ਫਾਰ ਸੈਲਰਸ ਇਹ ਤਾਂ ਸੀਗੇ ਬਾイヤーズ ਲਈ ਜਿਹੜੇ ਕੁਝ ਵੀ ਪਰਚੇਸ ਕਰਦੇ ਆਨਲਾਈਨ ਹੁਣ ਸੈਲਰਸ ਲਈ ਜਿਹੜੇ ਕੀ ਕਰਦੇ ਨੇ ਕੁਝ ਵੀ ਸੇਲ ਕਰਦੇ ਨੇ ਆਨਲਾਈਨ ਦਾ ਵੈਬ ਆਫਰਸ ਲੋ ਓਵਰਹੈਡ ਐਕਸਪੈਂਸਸ ਫਸਟ ਕੀ ਹੈ ਜਿਹੜੇ ਵੈਬ ਹੈ ਉਹ ਉਹਨਾਂ ਨੂੰ ਕੀ ਆਫਰ ਕਰਦੀ ਹੈ ਸੈਲਰਸ ਨੂੰ ਲੋ ਓਵਰਹੈਡ ਐਕਸਪੈਂਸਸ ਫ੍ਰੀ ਔਰ ਲੋ ਕਾਸਟ ਮਾਰਕੀਟਿੰਗ ਐਕਟੀਵਿਟੀਜ਼ ਆਰ देयर ਜਿਹੜੇ ਵੀ ਉਹਨਾਂ ਦੇ ਪ੍ਰੋਡਕਟ ਨੇਗੇ ਉਹ ਕੀ ਕਰ ਸਕਦੇ ਨੇ ਫ੍ਰੀ ਔਰ ਲੋ ਕਾਸਟ ਮਾਰਕੀਟਿੰਗ ਮਤਲਬ ਉਹ ਫ੍ਰੀ ਦੇ ਵਿੱਚ ਮਾਰਕੀਟ ਕਰ ਸਕਦੇ ਨੇ ਆਪਣੇ ਪ੍ਰੋਡਕਟ ਦੀ ਜਾਂ ਫਿਰ ਲੋ ਕਾਸਟ ਮਤਲਬ ਕਾਸਟ ਹੈ ਜਿਹੜੀ ਉਹ ਬਹੁਤ ਹੀ ਘੱਟ ਹੁੰਦੀ ਹੈ ਪੋਟੈਂਸ਼ੀਅਲ ਵਾਇਰਸ ਕੈਨ ਬੀ ਮਿਲੀਅਨਸ ਆਫ ਪੀਪਲ ਜਿਹੜੇ ਵਾਇਰਸ ਨੇਗੇ ਉਹ ਕਿਦੇ ਵਿੱਚ ਕਿੰਨੀ ਕਾਊਂਟਿੰਗ ਹੁੰਦੀ ਹੁੰਦੀ ਉਹਨਾਂ ਦੀ ਮਿਲੀਅਨਸ ਆਫ ਪੀਪਲ ਮਤਲਬ ਮਿਲੀਅਨਸ ਆਫ ਪੀਪਲ ਨੇ ਜਿਹੜੇ ਉਹ ਆਨਲਾਈਨ ਕੀ ਕਰਦੇ ਨੇ ਪਰਚੇਸ ਕਰਦੇ ਨੇਗੇ ਗੁੱਡਸ ਐਂਡ ਸਰਵਿਸਸ ਸੋ ਆਈ ਹੋਪ ਤੁਹਾਨੂੰ ਅੱਜ ਦਾ ਇਹ ਟੌਪਿਕ ਐਡਵਾਂਟੇਜਸ ਆਫ ਈ-ਕਾਮਰਸ ਫਾਰ ਵਾਇਰਸ ਐਂਡ ਫਾਰ ਸੈਲਰਸ ਕਲੀਅਰ ਹੋ ਗਿਆ ਹੋਵੇਗਾ ਅਗਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਐਂਡ ਸ਼ੇਅਰ ਮਾਈ ਵੀਡੀਓ ਐਂਡ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਟਿਵ ਵੀਡੀਓ ਵੇਖਣ ਲਈ ਮੇਰੇ ਚੈਨਲ ਸੀਵਨ ਸਟੱਡੀਜ਼ ਨੂੰ ਸਬਸਕ੍ਰਾਈਬ ਕਰ ਲਓ।